ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਤੈਨਾਤ 15 ਅਧਿਆਪਕਾਂ ਨੂੰ 6ਵੇਂ ਮਾਲਤੀ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਮਾਨਸਾ ਵਿਖੇ ਲੜਕੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਲੈਕਚਰਾਰ ਸੁਸ਼ੀਲ ਕੁਮਾਰ ਵੀ ਸ਼ਾਮਿਲ ਹਨ, ਜਿਨ੍ਹਾਂ ਨੂੰ ਉਪ ਰਾਸ਼ਟਰਪਤੀ ਨੇ 1 ਲੱਖ ਰੁਪਏ ਨਗਦ ਸ਼ਾਲ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ। ਇਹ ਸਿੱਖਿਆ ਦੇ ਖੇਤਰ ਦੇ ਵਿੱਚ ਚੰਗਾ ਯੋਗਦਾਨ ਕਰਕੇ ਮੈਂ ਬਤੌਰ ਅਰਥ ਸ਼ਾਸਤਰ ਲੈਕਚਰਾਰ ਸਰਕਾਰੀ ਸੈਕੰਡਰੀ ਸਕੂਲ ਕੁੜੀਆਂ ਕੰਮ ਕਰ ਰਹੀਆਂ ਅਰਥ ਸ਼ਾਸਤਰ ਦੇ ਖੇਤਰ ਦੇ ਵਿੱਚ ਚੰਗਾ ਯੋਗਦਾਨ ਦੇਣ ਕਰਕੇ ਜਾਂ ਮੇਰੇ ਪਿਛਲੇ ਸਾਲਾਂ ਦੇ ਨਤੀਜੇ ਹੋਣ ਕਰਕੇ ਇਹ ਅਵਾਰਡ ਮੈਨੂੰ ਪ੍ਰਾਪਤ ਹੋਇਆ ਹੈਗਾ। ਇਹ ਅਵਾਰਡ ਮੈਨੂੰ ਦਿੱਲੀ ਵਿਖੇ ਸਾਡੇ ਮਾਣਯੋਗ ਉਪ ਰਾਸ਼ਟਰਪਤੀ ਜੀ ਵੱਲੋਂ ਮੈਨੂੰ ਦਿੱਤਾ ਗਿਆ 29 ਤਰੀਕ ਨੂੰ। ਉੱਥੇ ਹੋਰ ਵੀ ਬਹੁਤ ਸਾਰੇ ਸੈਂਟਰਲ ਗੌਰਮੈਂਟ ਦੇ ਜਾਂ ਸਟੇਟ ਗੌਰਮੈਂਟ ਦੇ ਜਿਹੜੇ ਮੰਤਰੀ ਸਨ ਜਿਨ੍ਹਾਂ ਦੀ ਮੌਜੂਦਗੀ ਵਿੱਚ ਇਹ ਮੈਨੂੰ ਅਵਾਰਡ ਮਿਲਿਆ। ਇਸ ਅਵਾਰਡ ਨੂੰ ਮੈਂ ਪੂਰੀ ਤਰ੍ਹਾਂ ਆਪਣੇ ਮਾਤਾ ਪਿਤਾ, ਮੇਰੇ ਅਧਿਆਪਕ ਸਾਥੀਆਂ ਨੂੰ ਜਾਂ ਮੇਰੇ ਸਕੂਲ ਦੇ ਸਟਾਫ ਨੂੰ ਜਾਂ ਮੇਰੇ ਵਿਦਿਆਰਥੀਆਂ ਨੂੰ ਸਾਰਿਆਂ ਨੂੰ ਹੀ ਮੈਂ ਇਹ ਅਵਾਰਡ ਡੈਡੀਕੇਟ ਕਰਦਾ ਹੈਗਾ, ਜਿਨ੍ਹਾਂ ਨੇ ਵਿਸ਼ੇਸ਼ ਯੋਗਦਾਨ ਜਾਂ ਸ਼ੁਭਕਾਮਨਾਵਾਂ ਮੈਨੂੰ ਦਿੱਤੀਆਂ, ਜਿਹਦੇ ਸਦਕਾ ਮੈਨੂੰ ਅਵਾਰਡ ਮਿਲਿਆ। ਮਾਨਸਾ ਤੋਂ ਜਗਦੀਸ਼ ਬਾਂਸਲ ਦੀ ਰਿਪੋਰਟ, ਚੈਨਲ 2।